अक्सर ही तुसी देखते हो कि जेड़ा ई रिक्शा हैगा वा सवारियां ढोन लई हुंदा या कोई समान इधर तो उधर लै जाने लई हुंदा, पर जेकर मैं तुहानू कहां कि एक ई रिक्शा समगलिंग लई भी यूज़ किया जा रहा है तो तुसी देख सकते हो मेरे पिछे जेड़ा ई रिक्शा हैगा वह समगलिंग लई यूज़ किया गया। इहदे विच ही 2.5 किलो हीरोइन बरामद की गई तो 13 लाख रुपए बरामद किए गए। तो तुसी ई रिक्शा देख सकते हो कि ई रिक्शा का ऐसा यूज़ मतलब अजकल के नौजवानों को की हो गया है, मतलब तुसी देख सकते हो इहदे विच नंबर प्लेट भी नहीं हैगी जिहदे करके कोई भी चोर जिहड़ा होएगा या समगलर होएगा आसानी नाल अपने जिहड़े कोई भी काम करन वाला है उन्हूं अंजाम दे सकदा है। तो तुसी देख सकते हो कि किवें ई रिक्शा दे विच जा के चोर जिहड़े हैगे ने समगलिंग करदे सीगे। 2.5 किलो हीरोइन बरामद हुई है तो 13 लाख रुपए बरामद किए गए हैं। पंजाब पुलिस ने एक वड्डे गिरोह का पर्दाफाश किया है तो इत्थे 13 लाख मनी इन्होंने जब्त की है तो जिहड़ी हीरोइन हैगी है वह 2.5 किलो दी गई है। तो साढ़े नाल इत्थे मौजूद ने ACP गुरिंदर सिंह जी, तो असी इन्हां नाल गलबात करांगे कि सर इन्हों किवें अंजाम दिंदे ने जिहड़े ड्रग्स समगलर समगलिंग करते हैं तो किवें अंजाम दिंदे ने। ਇਹਦੇ ਵਿੱਚ ਮੈਮ ਸਾਡੇ ਕੋਲ ਇੱਕ ਸਪੈਸੀਫਿਕ ਇਨਪੁੱਟ ਆਇਆ ਕਿ ਇਹ ਬੰਦੇ ਈ ਰਿਕਸ਼ਾ ਦੇ ਉੱਪਰ ਹੈਰੋਇਨ ਸਪਲਾਈ ਕਰਦੇ ਨੇ ਖੇਪ ਅੱਗੇ, ਜਿਹਦੇ ਦੌਰਾਨ ਅਸੀਂ ਇੱਕ ਟਰੈਪ ਪਲੇ ਕੀਤਾ ਐਂਡ ਇਹਨਾਂ ਦੇ ਕੋਲੋਂ ਪਹਿਲਾਂ 1 ਕਿਲੋ ਹੈਰੋਇਨ ਬਰਾਮਦ ਹੁੰਦੀ ਹੈ ਐਂਡ 3 ਦੋਸ਼ੀ ਸਾਡੇ ਕੋਲ ਫੜੇ ਜਾਂਦੇ ਨੇ, ਬਲਬੀਰ ਸਿੰਘ ਏਲੀਅਸ ਅਰਸ਼ ਮੱਟੂ, ਆਕਾਸ਼ਦੀਪ ਐਂਡ ਗੁਰਦੇਵ ਸਿੰਘ, ਜੋ ਕਿ ਜਿਹੜਾ ਅਰਸ਼ ਦਾ ਹੀ ਅੱਗੇ ਜੀਜਾ ਸੀ ਸੰਦੀਪ, ਉਹਦੇ ਕਹਿਣ ਮੁਤਾਬਕ ਹੈਰੋਇਨ ਅੱਗੇ ਖੇਪ ਸਪਲਾਈ ਕਰਦੇ ਸੀ ਐਂਡ ਜਿਹੜਾ ਸੰਦੀਪ ਹੈ ਉਹ ਤਾਰਾਂ ਤੋਂ ਪਾਰ ਜਿਹੜਾ ਮਤਲਬ ਉਹਦਾ ਨੈਟਵਰਕ ਸੀ ਕੋਈ ਜਿੱਥੋਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਮੰਗਾਉਂਦਾ ਸੀ ਐਂਡ ਅੱਗੇ ਸਪਲਾਈ ਕਰਦਾ ਸੀ। ਸੰਦੀਪ ਜਦੋਂ ਅਸੀਂ ਪਹਿਲਾਂ 1 ਕਿਲੋ ਬਰਾਮਦ ਕਰਦੇ ਹਾਂ ਉਸ ਤੋਂ ਬਾਅਦ ਜਿਹੜਾ ਸੰਦੀਪ ਹੈ ਉਹਦੇ ਕੋਲੋਂ 1.5 ਕਿਲੋ ਹੋਰ ਹੈਰੋਇਨ ਮਿਲਦੀ ਹੈ ਐਂਡ 13,54,000 ਰੁਪਏ ਡਰੱਗ ਮਨੀ ਬਰਾਮਦ ਹੁੰਦੀ ਹੈ ਜਿਹੜੀ ਕਿ ਉਹਨੇ ਪਹਿਲੀਆਂ ਆਈਆਂ ਹੋਈਆਂ ਖੇਪਾਂ ਨੂੰ ਅੱਗੇ ਵੇਚ ਕੇ ਜਿਹੜੀ ਕਿ ਉਹ ਡਰੱਗ ਮਨੀ ਕਮਾਈ ਸੀ। ਸਰ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਿਹੜੀ ਫੀਮ ਵਗੈਰਾ ਫੀਮ ਜਾਂ ਕੋਈ ਵੀ ਨਸ਼ੇ ਪੱਤੇ ਦੀ ਚੀਜ਼ਾਂ ਹੈਗੀਆਂ ਵਾ ਉਹ ਕਾਰ ਵਗੈਰਾ 'ਤੇ ਸਪਲਾਈ ਕੀਤੀ ਜਾਂਦੀ ਹੈ, ਪਰ ਈ ਰਿਕਸ਼ਾ 'ਤੇ ਇਹ ਸਪਲਾਈ ਕੀਤਾ ਗਿਆ। ਹਾਂਜੀ, ਇਹ ਥੋੜ੍ਹੀ ਨਵੇਕਲੀ ਜਿਹੀ ਚੀਜ਼ ਸੀ, ਇਹਨਾਂ ਦੇ ਮਨ ਦੇ ਵਿੱਚ ਵੀ ਸ਼ਾਇਦ ਇਹੋ ਸੀਗਾ ਕਿ ਨੋਰਮਲੀ ਬਾਈਕ 2-ਵੀਲਰ ਜਾਂ ਕਾਰਾਂ ਦੀ ਚੈਕਿੰਗ ਜ਼ਿਆਦਾ ਹੁੰਦੀ ਹੈ, ਟੂਰਿਸਟ ਸ਼ਹਿਰ ਹੋਣ ਕਰਕੇ ਇੱਥੇ ਈ ਰਿਕਸ਼ੇ ਅਤੇ ਰਿਕਸ਼ੇ ਵੈਸੇ ਵੀ ਕਾਫੀ ਚੱਲਦੇ ਨੇ ਐਂਡ ਸ਼ਾਇਦ ਕੋਈ ਇਹਨਾਂ ਨੂੰ ਨਹੀਂ ਜ਼ਿਆਦਾ ਚੈੱਕ ਕਰਦਾ, ਬਟ ਜਦੋਂ ਸਾਨੂੰ ਇੱਕ ਪਬਲਿਕ ਦਾ ਸਾਥ ਮਿਲਦਾ, ਸਾਨੂੰ ਇਨਪੁੱਟ ਮਿਲਦੇ ਆ ਇੱਦਾਂ ਦੇ ਜਿਹੜੇ ਕਿ ਅਸੀਂ ਵਾਰ ਵਾਰ ਅਪੀਲ ਵੀ ਕਰਦੇ ਹਾਂ ਵੀ ਸਾਡੇ ਨਾਲ ਚੀਜ਼ਾਂ ਸ਼ੇਅਰ ਕੀਤੀਆਂ ਜਾਣ। ਸਾਡੀ ਸਪੈਸ਼ਲ CIA ਦੀ ਟੀਮ ਜਿਹੜੀ ਮਾਣਯੋਗ CP ਸਰ ਦੇ ਹੁਕਮਾਂ ਤਹਿਤ ਬਣੀ ਹੈ, ਉਹਨੇ ਇਹ ਕਾਫੀ ਇਹਨੂੰ ਬਹੁਤ ਵਧੀਆ ਡਿਵੈਲਪ ਕੀਤਾ, ਕਾਫੀ ਸਮੇਂ ਤੋਂ ਇਹਦੇ ਵਿੱਚ ਲੱਗੇ ਹੋਏ ਸੀ, ਸੋ ਜਿਸ ਦਿਨ ਇਨਪੁੱਟ ਪ੍ਰੋਪਰ ਡਿਵੈਲਪ ਹੋ ਗਿਆ ਫਿਰ ਉਹਨਾਂ ਨੂੰ ਇੱਕ ਵਧੀਆ ਕਾਮਯਾਬੀ ਹਾਸਲ ਹੋਈ। ਅਤੇ ਇਹਨਾਂ ਦੀ ਏਜ ਗਰੁੱਪ ਕੀ ਹੈਗੀ ਹੈ, ਮਤਲਬ ਕਿਹੜੇ ਜ਼ਿਆਦਾਤਰ ਯੂਜ਼ ਕਰਦੇ ਨੇ? ਇਹ ਮੈਮ ਹਲਕੀ ਏਜ ਗਰੁੱਪ ਦੇ ਨੇ, ਅਰਾਊਂਡ 18.5 ਸਾਲ ਤੋਂ ਲੈ ਕੇ 21 ਸਾਲ ਤੱਕ ਦੇ ਨੇ, ਅਤੇ ਮਤਲਬ ਨਵਾਂ ਹੀ ਇਹ ਥੋੜ੍ਹਾ ਕੰਮ ਕਰਨ ਲੱਗੇ ਨੇ। ਸਰ ਜਿਹੜਾ ਡਰੱਗਸ ਦਾ ਕੰਮ ਹੋ ਰਿਹਾ ਹੈ ਉਹ ਬਾਰਡਰ ਤੋਂ ਆ ਰਿਹਾ ਹੈ? ਹਾਂ, ਇਸ ਕੇਸ ਦੇ ਵਿੱਚ ਜਿਹੜੀ ਇਹ ਕਿਉਂਕਿ ਵੱਡੀਆਂ ਖੇਪਾਂ ਮੰਗਾਉਂਦੇ ਸੀ ਇਹ ਬਾਰਡਰ ਪਾਰ ਤੋਂ ਮੰਗਾ ਰਹੇ ਸੀ, ਵੈਸੇ ਕਈ ਜਿਹੜੇ ਇਸ ਤੋਂ ਅੱਗੇ ਲੋਕਲ ਵੀ ਲੋਕਲ ਲੈਵਲ 'ਤੇ ਵੀ ਕਰਦੇ ਆ। ਸਰ ਜਿਹੜਾ 13 ਲੱਖ ਇਹਨਾਂ ਨੇ ਜਮ੍ਹਾਂ ਕੀਤਾ ਉਹ ਮਤਲਬ ਕਿਵੇਂ ਡਰੱਗਸ ਵੇਚ ਕੇ ਕੀਤਾ? ਹਾਂਜੀ, ਇਹ ਜਿਵੇਂ ਡੀਲ ਕਰ ਲੈਂਦੇ ਨੇ ਜੀ ਇਸ ਤੋਂ ਅੱਗੇ, ਜਿਵੇਂ ਇੱਕ ਇਹਨਾਂ ਨੇ ਖੇਪ ਮੰਗਵਾ ਲਈ ਉਹਨੂੰ ਇਹਨਾਂ ਨੇ ਅੱਗੇ ਕੱਢਣਾ ਵੀ ਹੁੰਦਾ, ਵੇਚਣਾ ਹੁੰਦਾ, ਕਿਉਂਕਿ ਮੇਨਲੀ ਤਾਂ ਇਹਨਾਂ ਦਾ ਪ੍ਰੋਫਿਟ ਦਾ ਹੀ ਬਿਜ਼ਨਸ ਹੈ, ਸੋ ਇਹ ਜਦੋਂ ਉਹਨੂੰ ਸੈੱਲ ਕਰਦੇ ਆ ਉਹਦੇ ਜਿਹੜੇ ਪੈਸੇ ਆ ਉਹ ਅਸੀਂ ਮਤਲਬ ਰਿਕਵਰ ਕੀਤੇ ਜਿਹੜੀ ਕਿ ਪਹਿਲਾਂ ਇਹਨਾਂ ਨੇ ਖੇਪ ਵੇਚੀ ਹੁੰਦੀ। ਹੁਣ ਤੁਸੀਂ ਇਹ ਜਿਹੜਾ 13 ਲੱਖ ਫੜਿਆ ਉਹ ਪਹਿਲੇ ਦੀ ਇਹਨਾਂ ਨੇ ਜਿਹੜਾ ਸਮਾਨ ਹੈਗਾ ਏ ਜੋ ਵੀ ਡਰੱਗਸ ਵਗੈਰਾ ਵੇਚ ਕੇ ਇਹ 13 ਲੱਖ ਇਹਨਾਂ ਨੇ ਜਮ੍ਹਾਂ ਕੀਤੇ, ਅਤੇ ਸਰ ਈ ਰਿਕਸ਼ਾ ਦੇ ਵਿੱਚ ਮਤਲਬ ਇਹਨਾਂ ਨੂੰ ਫੜੇ ਜਾਣ ਦਾ ਡਰ ਨਹੀਂ ਸੀ? ਦੇਖੋ, ਇਹ ਤਾਂ ਆਪਣੇ ਵੱਲੋਂ ਹੁਸ਼ਿਆਰੀ ਨਹੀਂ ਜਾ ਰਹੇ ਸੀ, ਇਸ ਤੋਂ ਪਹਿਲਾਂ ਵੀ ਇਹਨਾਂ ਨੇ ਜਿਹੜੀ ਸਪਲਾਈ ਕੀਤੀ ਉਹ ਇੱਦਾਂ ਹੀ ਕੀਤੀ ਹੈ, ਅਤੇ ਮਤਲਬ ਸ਼ਾਇਦ ਨਹੀਂ ਇਹਨਾਂ ਨੂੰ ਡਰ ਹੋਊਗਾ ਜਾਂ ਇਹਨਾਂ ਨੇ ਇਹੀ ਸੋਚਿਆ ਸੀ ਕਿ ਨਹੀਂ ਫੜੇ ਜਾਵਾਂਗੇ, ਬਟ ਕਿਉਂਕਿ ਸਾਡੇ ਕੋਲ ਇਨਪੁੱਟ ਬੜਾ ਵਧੀਆ ਪੁਖਤਾ ਸੀਗਾ, ਸਾਡੀ ਟੀਮ ਨੇ ਵੀ ਬਹੁਤ ਮਿਹਨਤ ਕੀਤੀ ਸੀ ਇੱਥੇ, ਸੋ ਇਹ ਸਾਡੀ ਉਹਦੇ ਵਿੱਚ ਕਾਮਯਾਬੀ ਹੋ ਗਈ। ਅਤੇ ਜੋ ਲੋਕ ਹੈਗੇ ਆ ਇਹਨਾਂ 'ਤੇ ਪਹਿਲੇ ਵੀ ਕੋਈ ਪਰਚੇ ਵਗੈਰਾ ਜਾਂ ਪਹਿਲੇ ਵੀ ਕੋਈ FIR ਵਗੈਰਾ ਹੋਈ ਹੈ? ਨਹੀਂ ਮੈਮ, ਇਹਨਾਂ 'ਤੇ ਪਹਿਲਾਂ ਕੋਈ ਪਰਚੇ ਨਹੀਂ। ਇਹਨਾਂ ਦਾ ਬੈਕਗਰਾਊਂਡ? ਨਹੀਂ, ਬੈਕਗਰਾਊਂਡ ਵੈਸੇ ਕਲੀਅਰ ਹੈ, ਲੀਗਲ ਪੁਆਇੰਟ ਆਫ ਵਿਊ ਤੋਂ ਕੋਈ ਇਹਨਾਂ 'ਤੇ ਕਾਰਵਾਈ ਅਜੇ ਤੱਕ ਨਹੀਂ ਹੋਈ, ਪਹਿਲੀ ਵਾਰੀ ਹੈ ਫੜੇ ਗਏ ਨੇ। ਤਾਂ ਤੁਸੀਂ ਦੇਖਿਆ ਕਿਵੇਂ ਪੰਜਾਬ ਪੁਲਿਸ ਨੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਕਿਵੇਂ ਡਰੱਗਸ ਦੇ ਉੱਪਰ ਅਤੇ ਕਿਵੇਂ ਪੈਸੇ ਫੜੇ ਆ, ਅਤੇ ਤੁਸੀਂ ਦੇਖਦੇ ਹੋ ਕਿ ਅੱਜ ਕੱਲ੍ਹ ਦਾ ਜਿਹੜਾ ਯੂਥ ਹੈਗਾ ਉਹ ਨਸ਼ੇ ਵੱਲ ਜ਼ਿਆਦਾ ਜਾ ਰਿਹਾ ਹੈ, ਅਤੇ ਸਰ ਨਸ਼ੇ ਨੂੰ ਮਤਲਬ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ? ਮੈਮ, ਜਿਵੇਂ CM ਸਰ ਦੀਆਂ ਹਦਾਇਤਾਂ ਨੇ, DGP ਸਰ ਦੀਆਂ, ਉਹਦੇ ਵਿੱਚ ਬਹੁਤ ਪਹਿਲੂਆਂ ਦੇ ਕੰਮ ਕੀਤਾ ਜਾ ਰਿਹਾ। ਹੁਣ ਜਿਵੇਂ ਕਮਿਸ਼ਨਰ ਸਰ ਇੱਥੇ ਕਰਾ ਰਹੇ ਨੇ ਕ੍ਰਿਕਟ ਦੇ ਗਲੀ ਟੂਰਨਾਮੈਂਟ, ਕਿ ਯੂਥ ਨੂੰ ਸਪੋਰਟਸ ਨਾਲ ਜੋੜਿਆ ਜਾਵੇ, ਉਹਨਾਂ ਦਾ ਧਿਆਨ ਜਿਹੜਾ ਵਾ ਉਹ ਕਿਸੇ ਚੰਗੇ ਪਾਸੇ ਲਾਇਆ ਜਾਵੇ,
ਇਦਾਂ ਹੀ ਸਰਕਾਰ ਵੱਲੋਂ ਇਹਨਾਂ ਨੂੰ ਰੁਜ਼ਗਾਰ ਨਾਲ ਜੋੜਨ ਵਾਸਤੇ ਚੰਗੇ ਉਪਰਾਲੇ ਕਾਫੀ ਕੀਤੇ ਜਾਂਦੇ ਨੇ ਕਿ ਜਿਹੜਾ ਇਹ ਜਿਹਨੂੰ ਆਪਾਂ ਪੁੱਲ ਫੈਕਟਰ ਕਹਿੰਦੇ ਹਾਂ ਨਾ, ਜਿਹਦੇ ਕਰਕੇ ਨਸ਼ੇ ਦੀ ਉਹ ਦਲਦਲ ਦੇ ਵਿੱਚ ਫਸ ਜਾਂਦੇ ਆ, ਉਹ ਪੁੱਲ ਫੈਕਟਰ ਜਿਹੜਾ ਉਹ ਘਟਾਇਆ ਜਾਵੇ ਜੀ। ਅਤੇ ਇਹਦੇ ਨਾਲ ਨਾਲ ਹੀ ਇਹ ਹੈ ਵੀ ਜਿਹੜਾ ਪੁਲਿਸ ਵੱਲੋਂ ਜਾਂ ਹੋਰ ਏਜੰਸੀਆਂ ਵੱਲੋਂ ਜਿਹੜੀ ਆਪਣਾ ਕਾਰਵਾਈ ਕੀਤੀ ਜਾਂਦੀ ਹੈ ਨਸ਼ਾ ਸਪਲਾਈ ਕਰਨ ਵਾਲਿਆਂ 'ਤੇ, ਉਹਦੇ ਨਿਰੰਤਰ ਜਾਰੀ ਹੀ ਹੈ। ਪਰ ਨਾਲ ਦੇ ਨਾਲ ਹੀ ਇਹਨਾਂ ਦੇ ਇਹ ਵੀ ਐਫਰਟ ਕੀਤੇ ਜਾਂਦੇ ਨੇ ਕਿ ਇਹ ਆਪਣੇ ਆਪ ਹੀ ਉਹਨੂੰ ਛੱਡਣ ਹਨ ਕਿਸੇ ਚੰਗੇ ਪਾਸੇ ਕਿਸੇ ਹੋਰ। ਸਰ ਇਹਨਾਂ ਦੋਸ਼ੀਆਂ ਨੂੰ ਕਿਹੜੀ ਸਜ਼ਾ ਮਿਲੇਗੀ ਅਤੇ ਕਿਹੜੇ ਪਰਚੇ ਕੀਤੇ ਜਾਣਗੇ ਇਹਨਾਂ ਦੇ? ਇਹਨਾਂ 'ਤੇ ਮੈਮ NDPS ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾ ਚੁੱਕਾ, ਹੁਣ ਇਸ ਵੇਲੇ ਪੁਲਿਸ ਰਿਮਾਂਡ 'ਤੇ ਚੱਲ ਰਹੇ ਨੇ ਐਂਡ ਉਹ ਐਕਟ ਦੇ ਅਕੋਰਡਿੰਗ ਇਹਨਾਂ ਨੂੰ ਜਿਹੜੀ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ। ਅਤੇ ਇਹਨਾਂ ਕੋਲੋਂ ਫੋਨ ਵੀ ਬਰਾਮਦ ਹੋਏ ਨੇ? ਹਾਂਜੀ, ਫੋਨ 2 ਜਣਿਆਂ ਕੋਲ ਮਿਲੇ ਨੇ। ਅਤੇ ਉਹਨਾਂ ਨੂੰ ਟਰੇਸ ਵਗੈਰਾ ਕੀਤਾ ਜਾਏਗਾ, ਉਹਨਾਂ ਦੀ ਰਿਕਾਰਡਿੰਗ ਵਗੈਰਾ ਜਿਹੜੀ ਹੈਗੀ ਹੈ ਉਹਨੂੰ ਸੁਣਿਆ ਜਾਏਗਾ? ਹਾਂਜੀ ਬਿਲਕੁਲ, ਸਾਡੇ ਜਿਹੜੀ ਟੈਕਨੀਕਲ ਤਫਤੀਸ਼ ਅੱਗੇ ਚੱਲਣੀ ਹੁੰਦੀ ਹੈ ਜਾਂ ਫਾਈਨੈਂਸ਼ੀਅਲ ਸਾਰਾ ਕੁਝ, ਉਹ ਸਾਰਾ ਕੁਝ ਚੱਲ ਰਿਹਾ। ਜਿਹੜੇ ਹੋਰ ਵੀ ਲੋਕ ਨੇ ਉਹਨਾਂ ਦਾ ਵੀ ਐਵੇਂ ਹੀ ਪਰਦਾਫਾਸ਼ ਕੀਤਾ ਜਾਵੇ? ਹਾਂਜੀ ਬਿਲਕੁਲ, ਅਸੀਂ ਅਜੇ ਪਿਛਲੇ ਹਫ਼ਤੇ 1500 ਗ੍ਰਾਮ ਦੀ ਵੀ ਰਿਕਵਰੀ ਕੀਤੀ ਸੀ, ਜਿਹਦੇ ਵਿੱਚ ਵੀ ਕਾਫੀ ਵੱਡਾ ਨੈਟਵਰਕ ਸੀ। ਸੋ ਉਹਦੇ ਵਿੱਚ ਜਿੰਨੇ ਵੀ ਸਾਡੇ ਕੋਲ ਇਸ ਤਰੀਕੇ ਦੇ ਇਨਪੁੱਟ ਆਉਂਦੇ, ਅਸੀਂ ਲਗਾਤਾਰ ਨਿਰੰਤਰ ਉਹਨਾਂ 'ਤੇ ਵਰਕ ਕਰਦੇ ਰਹਿੰਦੇ ਹਾਂ ਅਤੇ ਉਹਨਾਂ ਨੂੰ ਜਿਹੜਾ ਐਕਟ ਦੇ ਅਕੋਰਡਿੰਗ ਜੋ ਪ੍ਰੋਪਰ ਕਾਰਵਾਈ ਕਰਦੇ ਰਹਿੰਦੇ। ਅਤੇ ਤੁਸੀਂ ਦੇਖਿਆ ਕਿ ਕਿਵੇਂ ਪੰਜਾਬ ਪੁਲਿਸ ਨੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ 13 ਲੱਖ ਅਤੇ 2.5 ਕਿਲੋ ਜਿਹੜੀ ਹੀਰੋਇਨ ਹੈਗੀ ਹੈ ਬਰਾਮਦ ਕੀਤੀ ਹੈ। ਇਸੇ ਦੇ ਨਾਲ ਤੁਸੀਂ ਦੇਖਦੇ ਹੋ ਕਿ ਜਿਹੜੇ ਅੱਜ ਕੱਲ੍ਹ ਦਾ ਯੂਥ ਹੈਗਾ ਹੈ ਉਹ ਦੂਜੇ ਰਾਹਾਂ 'ਤੇ ਜਾ ਰਿਹਾ ਹੈ, ਡਰੱਗਸ ਵਗੈਰਾ ਦੇ ਨਸ਼ਿਆਂ 'ਤੇ ਜਾ ਰਿਹਾ ਹੈ। ਪਰ ਹੁਣ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਰਸਤੇ 'ਚ ਕੁਛ ਵੀ ਨਹੀਂ ਰੱਖਿਆ। ਅਤੇ ਤੁਸੀਂ ਦੇਖਦੇ ਹੋ ਕਿ ਕਿਵੇਂ ਮਤਲਬ ਦੋਸ਼ੀਆਂ ਨੂੰ ਸਜ਼ਾ ਹੁੰਦੀ ਹੈ ਅਤੇ ਸਜ਼ਾ ਤੋਂ ਤੁਸੀਂ ਬਚੋ ਅਤੇ ਤੁਸੀਂ ਇਹਨਾਂ ਕੰਮਾਂ ਵੱਲ ਕਦੇ ਨਾ ਜਾਓ ਅਤੇ ਹਰ ਚੀਜ਼ ਵੱਲ ਆਪਣਾ ਹੋਰ ਚੀਜ਼ਾਂ ਵੱਲ ਧਿਆਨ ਦਿਓ, ਸਪੋਰਟਸ ਵੱਲ ਦਿਓ ਜਾਂ ਹੋਰ ਵੀ ਚੀਜ਼ਾਂ ਮਤਲਬ ਐਜੂਕੇਸ਼ਨ ਵੱਲ ਦਿਓ, ਕਦੀ ਵੀ ਨਸ਼ਿਆਂ ਦੇ ਰਾਹ 'ਤੇ ਤੁਹਾਨੂੰ ਨਹੀਂ ਤੁਰਨਾ ਚਾਹੀਦਾ। ਇਸੇ ਦੇ ਨਾਲ ਮੈਂ ਮਧੂ ਮਿਸ਼ਰਾ, ਕੈਮਰਾਮੈਨ ਅਰਸ਼ ਦੇ ਨਾਲ ਗ੍ਰੇਟ ਪੰਜਾਬ TV ਅੰਮ੍ਰਿਤਸਰ।